ਕਿਹੜੇ ਰਾਹਾਂ ਤੇ ਤੁਰਦੀ ਜਾ ਰਹੀ ਹੈ ਪੰਜਾਬ ਦੀ ਨੌਜਵਾਨ ਪੀੜ੍ਹੀ। ਨਸ਼ੇ ਦੀ ਓਵਰਡੋਜ਼ ਹਾਲਤ ਦੇ ਨਾਲ 22 ਸਾਲਾਂ ਲੜਕੀ ਦੀ ਮੌਤ ਹੋਈ ਹੈ। ਪੰਜਾਬ ਦੇ ਵਿੱਚ ਅੱਜ ਦਿਨ ਹੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ। ਤਾਂ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਸਦੇ ਵਿੱਚ 22 ਸਾਲਾਂ ਲੜਕੀ ਦੀ ਨਸ਼ੇ ਦੀ ਓਵਰਡੋਜ਼ ਹਾਲਤ ਦੇ ਨਾਲ ਮੌਤ ਹੋਈ ਹੈ। ਤਾਂ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿੱਥੇ 22 ਸਾਲਾਂ ਦੀ ਲੜਕੀ ਆਪਣੀ ਮਾਂ ਨੂੰ ਘਰੇ ਇਹੀ ਕਹਿ ਕੇ ਗਈ ਸੀ ਕਿ ਮੈਂ ਸਹੇਲੀਆਂ ਦੇ ਨਾਲ ਘੁੰਮਣ ਫਿਰਨ ਜਾ ਰਹੀ ਹਾਂ ਅਤੇ ਸ਼ਾਮ ਨੂੰ ਦੇਰੀ ਨਾਲ ਆਵਾਂਗੀ। ਜਿਸ ਤੋਂ ਬਾਅਦ ਰਾਤੀ ਉਸਦੀ ਸਹੇਲੀ ਉਸਦੀ ਮਾਂ ਨੂੰ ਫੋਨ ਕਰਦੀ ਹੈ ਕਿ ਉਹ ਮੇਰੇ ਘਰ ਰੁਕ ਗਈ ਹੈ, ਉਹ ਸਵੇਰ ਨੂੰ ਘਰ ਆਊਗੀ। ਪਰ ਮਾਂ ਨੂੰ ਇਹ ਨਹੀਂ ਸੀ ਪਤਾ ਕਿ ਜੋ ਫੋਨ 'ਤੇ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਉਹਨਾਂ ਨੂੰ ਇਹ ਮੰਦਭਾਗੀ ਖਬਰ ਮਿਲੇਗੀ ਕਿ ਉਹਨਾਂ ਦੀ ਬੇਟੀ ਦੀ ਮੌਤ ਹੋਈ ਹੈ, ਜਵਾਨ ਧੀ ਦੀ ਮੌਤ ਹੋਈ ਹੈ। ਮ੍ਰਿਤਕਾਂ ਦੀ ਪਹਿਚਾਣ ਡਿੰਕੀ ਵਜੋਂ ਹੋਈ ਹੈ ਜੋ ਕਿ 22 ਸਾਲਾਂ ਦੀ ਸੀ ਅਤੇ ਸਹੇਲੀ ਦੇ ਘਰ ਰਾਤ ਰੁਕੀ ਹੋਈ ਸੀ। ਅਤੇ ਸਵੇਰ ਨੂੰ ਜਦ ਸਹੇਲੀ ਨੇ ਡਿੰਕੀ ਦੇ ਮਾਤਾ ਨੂੰ ਫੋਨ ਕੀਤਾ ਕਿ ਉਹ ਸੁੱਤੀ ਹੋਈ ਹੁਣ ਉੱਠ ਨਹੀਂ ਰਹੀ, ਜਿਸ ਤੋਂ ਬਾਅਦ ਘਰ ਦੇ ਪਰੇਸ਼ਾਨ ਹੋਏ ਅਤੇ ਉਸਦੀ ਸਹੇਲੀ ਦੇ ਘਰ ਗਏ, ਜਿਸ ਤੋਂ ਬਾਅਦ ਉਹਨਾਂ ਨੂੰ ਇਹੀ ਲੱਗਾ ਕਿ ਉਸਨੂੰ ਹਾਰਟ ਅਟੈਕ ਹੋਇਆ। ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਸਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਹੈ। ਪਰ ਉੱਥੇ ਹੀ ਇੱਕ ਸ਼ਖਸ ਦੇ ਵੱਲੋਂ ਨਸ਼ੇ ਦਾ ਟੀਕਾ ਲਗਾਉਂਦੇ ਹੋਏ ਦੀ ਇੱਕ ਵੀਡੀਓ ਵੀ ਜੋ ਹੈ ਵਾਇਰਲ ਹੋਈ ਹੈ, ਜਿਸ 'ਤੇ ਦੱਸਿਆ ਜਾ ਰਿਹਾ ਕਿ ਡਿੰਕੀ ਹੀ ਉਸ ਨਸ਼ੇ ਦੇ ਟੀਕੇ ਨੂੰ ਲਗਾ ਰਹੀ ਸੀ ਜਿਸ ਦੇ ਕਾਰਨ ਨਸ਼ੇ ਦੀ ਓਵਰਡੋਜ਼ ਹਾਲਤ 'ਚ ਉਸਦੀ ਮੌਤ ਹੋਈ ਹੈ। ਇਸ ਸੰਬੰਧੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਪੁਲਿਸ ਨੇ ਕਿਹਾ ਕਿ ਇਸ ਸੰਬੰਧੀ ਜੋ ਕਾਰਵਾਈ ਹੈ ਉਹ ਆਰੰਭ ਕਰ ਲਈ ਗਈ ਹੈ। ਪਰ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਜਵਾਨ 22 ਸਾਲਾ ਲੜਕੀ ਦੀ ਨਸ਼ੇ ਦੀ ਓਵਰਡੋਜ਼ ਹਾਲਤ ਦੇ ਕਾਰਨ ਮੌਤ ਹੋਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ। ਜਵਾਨ ਧੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਮਾਂ ਦੀ ਮਮਤਾ ਬਲੁੰਦਰੀ ਗਈ, ਮਾਂ ਦੇ ਅੱਖਾਂ 'ਚੋਂ ਹੰਝੂ ਨਹੀਂ ਰੁਕ ਰਹੇ। ਹਾਲਾਂਕਿ ਘਰੇ ਉਹ ਇਹੀ ਕਹਿ ਕੇ ਗਈ ਸੀ ਕਿ ਮੈਂ ਆਪਣੀ ਸਹੇਲੀ ਦੇ ਨਾਲ ਘੁੰਮਣ ਫਿਰਨ ਦੇ ਲਈ ਜਾ ਰਹੀ ਹਾਂ, ਪਰ ਸਵੇਰ ਨੂੰ ਪਤਾ ਲੱਗਦਾ ਹੈ ਕਿ ਉਹ ਉੱਠੀ ਹੀ ਨਹੀਂ। ਜਿਸ ਤੋਂ ਬਾਅਦ ਹਸਪਤਾਲ ਵਿਖੇ ਜਦ ਉਸਨੂੰ ਲਿਜਾਇਆ ਜਾਂਦਾ ਹੈ ਤਾਂ ਡਾਕਟਰਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਉਸਦੀ ਨਸ਼ੇ ਦੀ ਓਵਰਡੋਜ਼ ਹਾਲਤ ਦੇ ਕਾਰਨ ਮੌਤ ਹੋ ਗਈ ਹੈ। ਹਾਂਜੀ, ਮੈਂ ਜੱਟਾਂ ਮੱਲੇ ਦੀ ਰਹਿਣ ਵਾਲੀ ਹਾਂ ਬੇਟੇ, ਨਾ ਸੀਮਾ ਜੋਸ਼ੀ ਆ, ਕੁਛ ਨਹੀਂ ਹੋਇਆ ਬੇਟੇ। ਸਵੇਰੇ ਮੇਰੀ ਕੁੜੀ ਤਿਆਰ ਹੋਈ ਆ 8:30 ਦੇ ਕਰੀਬ, ਕਹਿੰਦੀ ਮੰਮੀ ਮੈਂ ਘੁੰਮਣ ਜਾਣਾ। ਮੈਂ ਕਿਹਾ ਠੀਕ ਹੈ ਬੇਟੇ ਜਾਇਆ। ਤੂੰ ਰੋਟੀ ਬਣਾਈ ਉਹਦੇ ਲਈ ਵੀ, ਆਪਣੇ ਲਈ ਵੀ, ਅਸੀਂ ਮਾਮਾ ਧੀਆਂ ਨੇ ਇਕੱਠੇ ਖਾਧੀ। ਤਾਂ ਕਹਿੰਦੀ ਮੰਮੀ ਮੈਂ ਸ਼ਾਮੀ ਆ ਜਾਊ। ਮੈਂ ਕਿਹਾ ਬੇਟਾ ਜਲਦੀ ਆ ਜਾਊ। ਕਹਿੰਦੀ ਠੀਕ ਆ ਮੰਮੀ। ਚਲੋ ਵਿੱਚ ਵਿੱਚ ਮੈਂ ਫੋਨ ਕਰਦੀ ਰਹੀ ਹਾਂ ਤਾਂ ਕਹਿੰਦੀ ਮੰਮੀ ਮੈਂ ਆ ਜਾਂਦੀ ਆ ਜਾਂਦੀ। 7:30 ਮੈਂ ਫੋਨ ਕੀਤਾ, ਮੈਂ ਕਿਹਾ ਵੀ ਬੇਟਾ ਘਰ ਨਹੀਂ ਆਈ। ਕਹਿੰਦੀ ਮੰਮੀ ਮੈਂ ਆਉਣਾ ਨਹੀਂ ਆ, ਮੇਰੀ ਸਹੇਲੀ ਦੇ ਮਮਤਾ ਦੇ ਘਰ ਮੈਂ ਹੈਗੀ ਹਾਂ, ਮੈਂ ਆਉਣਾ ਨਹੀਂ, ਮੈਂ ਸਵੇਰੇ ਆਊ। ਮੈਂ ਕਿਹਾ ਤੂੰ ਆ ਜਾ, ਸਾਹਿਲ ਸਾਨੂੰ ਗੁੱਸੇ ਹੋਊਗਾ। ਕਹਿੰਦੀ ਮੈਂ ਉਹਨੂੰ ਫੋਨ ਕਰ ਦਿੰਦੀ ਹਾਂ। ਮੈਂ ਕਿਹਾ ਚੱਲ ਠੀਕ ਆ, ਫੋਨ ਕੱਟਤਾ। ਫਿਰ ਮੇਰੀ ਵੀਡੀਓ ਕਾਲ 'ਤੇ ਗੱਲ ਹੋਈ, ਮੈਂ ਕਿਹਾ ਵੀ ਰੋਟੀ ਖਾ ਲਈ ਹੈ ਤਾਂ ਮੈਂ ਲੈਣਾ ਵਾ। ਨਹੀਂ, ਕਹਿੰਦੀ ਮੰਮੀ ਭੁਰਜੀ ਬਣਾਉਣ ਲੱਗੇ ਆ ਅਸੀਂ, ਤਾਂ ਮੈਂ ਸਵੇਰੇ ਆ ਜੂ। ਮੈਂ ਕਿਹਾ ਚੱਲ ਸਵੇਰੇ ਆ ਜਾਈ। ਚਲੋ ਉਸ ਤੋਂ ਬਾਅਦ ਮੈਂ ਕੁੱਤਾ ਘੁਮਾਉਣ ਚਲੇ ਗਈ ਹਾਂ 10:30। ਇਹਦੀ ਮਿਸ ਕਾਲ ਫੋਨ 'ਤੇ ਚੜ੍ਹੀ ਹੋਈ ਸੀਗੀ ਡਿੰਕੀ ਦੀ। ਮੈਂ ਕੀ ਕਹਿੰਦੇ 11:30 ਫੋਨ ਦੇਖਿਆ ਤਾਂ ਮੈਂ ਇਹਨੂੰ ਫੋਨ ਕੀਤਾ, ਇਹਨੇ ਚੱਕਿਆ ਨਹੀਂ। ਮੈਂ ਕਿਹਾ ਵੀ ਚਲੋ ਸੋ ਗਈ ਹੋਊਗੀ। ਫਿਰ 3:30 ਮੈਨੂੰ ਨਾ ਮਮਤਾ ਦਾ ਫੋਨ ਆਇਆ, ਆਂਟੀ ਘਰ ਆਈ, ਉਹ ਡਿੰਕੀ ਨਾ ਉੱਠਦੀ ਨਹੀਂ ਪਈਗੀ। ਅਸੀਂ ਮਾਮਾ ਧੀਆਂ ਗਈਆਂ, ਮੈਂ ਅਤੇ ਮੇਰੀ ਵੱਡੀ ਬੇਟੀ। ਉੱਥੇ ਜਾ ਕੇ ਦੇਖਿਆ ਸਾਡੀ ਡਿੰਕੀ ਬੈੱਡ ਉੱਤੇ ਪਈ ਹੋਈ, ਦੇਖਿਆ ਤਾਂ ਉਹ ਖਤਮ ਸੀਗੀ। ਚਲੋ ਇਹ ਕਰਦੀ ਰਹੀ ਮਮਤਾ ਆਂਟੀ, ਉਹਨੂੰ ਨਾ ਸਾਇਲੈਂਸ ਅਟੈਕ ਆ ਗਿਆ। ਮੈਂ ਵੀ ਮੰਨ ਗਈ, ਮੈਂ ਕਿਹਾ ਚਲੋ ਆ ਗਿਆ ਹੋਊਗਾ, ਹੁਣ ਇੱਥੇ ਬੇਟਾ ਤੇਰਾ ਵੀ ਕੀ ਕਸੂਰ ਆ, ਆ ਗਿਆ। ਅਸੀਂ ਹੋਸਪਿਟਲ ਚਲੇ ਗਏ, ਉੱਥੇ ਉਹਨਾਂ ਨੇ ਮ੍ਰਿਤ ਘੋਸ਼ਿਤ ਕਰ ਦਿੱਤੀ। ਤਾਂ ਅਸੀਂ ਜਦੋਂ ਘਰ ਆਏ ਤਾਂ ਸਾਡਾ ਗੁਆਂਢੀ ਮੇਰੀ ਵੱਡੀ ਬੇਟੀ ਬੈਂਸੀ ਕਹਿੰਦੀ ਮੰਮੀ ਉਹਨੂੰ ਅਟੈਕ ਆਉਣ ਵਾਲਾ ਨਹੀਂ, ਉਹ ਤਾਂ ਸਾਰਿਆਂ ਨੂੰ ਅਟੈਕ ਲਿਆ ਦੇ ਪਰ ਉਹਨੂੰ ਨਹੀਂ ਆਉਣ ਵਾਲਾ। ਮੈਂ ਕਿਹਾ ਅੱਛਾ। ਅਤੇ ਇਹਨਾਂ ਨੇ ਜੀ ਮੋਬਾਈਲ ਉਹਦਾ ਕਬਜ਼ੇ 'ਚ ਲਿਆ ਸੀਗਾ ਅਤੇ ਅਸੀਂ ਘਰ ਮੋਬਾਈਲ ਲੈ ਆਉਂਦਾ ਤਾਂ ਇਹਨਾਂ ਨੇ ਗੁਆਂਢੀਆਂ 'ਤੇ ਦੇਖਿਆ ਮੋਬਾਈਲ ਦੇ ਵਿੱਚ ਆਇਆ ਵੀ ਮੇਰੀ ਕੁੜੀ ਬੇਹੋਸ਼ ਪਈ ਆ, ਇਹ ਜੀ ਉਹਨਾਂ ਦੇ ਟੀਕਾ ਲਾ ਰਹੇ ਆ। ਕਾਹਦਾ ਲਾ ਰਹੇ, ਕੀ ਕਾਹਤੋਂ ਲਾ ਰਹੇ, ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਅਤੇ ਮੇਰੀ ਕੁੜੀ ਦੀ ਡੈਥ ਹੋ ਗਈ। ਇਹਨਾਂ ਨੇ ਮਮਤਾ ਨੇ ਮੇਰੇ ਤੋਂ ਗੱਲ ਨਹੀਂ ਕੋਈ, ਆਂਟੀ ਅਸੀਂ ਇੱਦਾਂ ਦੀ ਕੋਈ ਗੱਲ ਨਹੀਂ ਹੋਈਗੀ, ਕੋਈ ਕੁਛ ਨਹੀਂ ਹੋਇਆ, ਅਸੀਂ ਕੁਛ ਨਹੀਂ ਕੀਤਾ ਗਾ। ਅਤੇ ਆਂਟੀ ਇਹਦੀ ਉਹਦੇ ਨਾਲ ਹਾਰਟ ਦੇ ਨਾਲ ਡੈਥ ਹੋ ਗਈ। ਮੈਂ ਵੀ ਚਲੋ ਮੰਨ ਗਈ, ਮੈਂ ਕਿਹਾ ਠੀਕ ਆ। ਜਦੋਂ ਮੋਬਾਈਲ ਦੇਖਿਆ ਫਿਰ ਅਸੀਂ ਨਹੀਂ ਮੰਨੇ, ਫਿਰ ਜੋ ਕਾਰਵਾਈ ਪੁਲਿਸ ਨੇ ਕੀਤੀ ਤਾਂ ਮੈਂ
ਕਿਹਾ ਵੀ ਮਮਤਾ ਨੀ ਤੁਸੀਂ ਰੇਂਜ ਚ ਲਈ, ਕਹਿੰਦੇ ਲੇਡੀਜ਼ ਪੁਲਿਸ ਨਹੀਂ ਸੀ ਵੋਟਾਂ ਕਰਕੇ ਰਸ਼ ਆ, ਕੋਈ ਲੇਡੀਜ਼ ਕੋਂਸਟੇਬਲ ਹੈ ਨਹੀਂ ਸੀ, ਅਸੀਂ ਰੱਖ ਨਹੀਂ ਸਕਦੇ। ਤਾਂ ਮੈਨੂੰ ਇਹੀ ਸੀਗਾ ਵੀ ਚਲੋ ਮਮਤਾ ਤੇ ਵੀ ਜੋ ਬਣਦੀ ਕਾਰਵਾਈ ਕਰਦੇ, ਜੋ ਮੁੰਡੇ ਤੇ ਬਣਦੀ ਕਾਰਵਾਈ ਆ ਉਹ ਤਾਂ ਚਲੋ ਕਰੂਗੀ, ਉਹਦੇ ਤੇ ਪਰਚਾ ਹੋ ਗਿਆ ਵਾ। ਬਾਕੀ ਹੁਣ ਬੱਚਿਆਂ ਨੂੰ ਤਾਂ ਇਹੀ ਮੈਂ ਕਹਿਣਾ ਵਾ ਵੀ ਬੱਚਿਓ ਤੁਸੀਂ ਜਿੱਥੇ ਵੀ ਆ ਆਪਣੇ ਘਰਾਂ ਦੇ ਵਿੱਚ ਰਹੋ, ਆਪਣੀਆਂ ਮਾਵਾਂ ਦੀਆਂ ਨਿਗਰਾਨੀਆਂ 'ਚ ਰਹੋ। ਬਸ ਇਹੀ ਕਹਿਣਾ ਚਾਹਵਾਂਗੀ ਮੇਰੇ ਬੱਚੇ ਨੂੰ ਇਨਸਾਫ ਮਿਲੇ, ਜੋ ਸਾਡੇ ਨਾਲ ਹੋ ਗਿਆ ਠੀਕ ਆ, ਬਣਦੀ ਕਾਰਵਾਈ ਮਮਤਾ ਤੇ ਹੋਣੀ ਚਾਹੀਦੀ ਆ। ਮਿਤੀ 14 ਤਰੀਕ ਨੂੰ ਇਨਫੋਰਮੇਸ਼ਨ ਮਿਲੀ ਸੀ, ਉਹਦੇ ਵਾਰਸ ਉਹਦੀ ਮਾਤਾ ਆਈ ਸੀ ਇੱਥੇ ਸਾਡੇ ਕੋਲ, ਅਤੇ ਉਹਨੇ ਦੱਸਿਆ ਵੀ ਮੇਰੀ ਡੇਕੀ ਲੜਕੀ ਜਿਹੜੀ ਆ 13 ਤਰੀਕ ਨੂੰ ਘਰੋਂ ਸਵੇਰੇ 8 ਵਜੇ ਗਈ ਸੀ ਆਪਣੇ ਦੋਸਤਾਂ ਮਿੱਤਰਾਂ ਨਾਲ ਘੁੰਮ ਫਿਰਨ, ਅਤੇ ਜੋ ਸ਼ਾਮੀ ਘਰ ਨਹੀਂ ਆਈ। ਜਿਹਨੂੰ ਉਹਨਾਂ ਨੇ ਫੋਨ ਕਰਕੇ ਬੁਲਾਇਆ ਤਾਂ ਉਹ ਆਪਣੀ ਸਹੇਲੀ ਦੇ ਕੋਲ ਸੀਗੀ, ਮਮਤਾ ਆ ਉਹਦਾ ਨਾਲ, ਰੂਪਨਗਰ ਰਹਿੰਦੇ ਨੇ, ਅਤੇ ਉੱਥੇ ਸੀ। ਉਹ ਕਹਿੰਦੀ ਵੀ ਮੈਂ ਸਵੇਰੇ ਆਉਂਦੀ ਵੀ ਮੈਂ ਰਾਤ ਆ ਦੇਖੇ ਹਾਂ, ਜਦੋਂ ਰਾਤ ਨੂੰ ਉਹ ਰੋਟੀ ਪਾਣੀ ਖਾ ਕੇ ਸੌਂ ਗਏ ਆ, ਅਤੇ ਜਿਹੜੀ ਮਮਤਾ ਆ ਉਹਨੇ ਇਹਦੀ ਮਾਤਾ ਨੂੰ ਫੋਨ ਕੀਤਾ ਵੀ ਡੈਂਕੀ ਜਿਹੜੀ ਉੱਠ ਨਹੀਂ ਰਹੀ। ਡੈਂਕੀ ਦੀ ਉਮਰ ਕਰੀਬ 22 ਸਾਲ ਹੈ, 22 ਸਾਲ ਸੀਗੀ, ਉੱਠ ਨਹੀਂ ਰਹੀ। ਅਤੇ ਉਹਨੇ ਜਦੋਂ ਆ ਕੇ ਦੇਖਿਆ ਤਾਂ ਵੀ ਉਹ ਕਹਿੰਦੇ ਵੀ ਉਹਨਾਂ ਦਾ ਪਹਿਲਾਂ ਦੱਸਿਆ ਵੀ ਇਹ ਵੀ ਉਹ ਆਪਣੇ ਸਾਇਲੈਂਟ ਅਟੈਕ ਕਹਿੰਦੇ ਹੋ ਗਿਆ, ਅਤੇ ਉਹ ਫਿਰ ਸਿਵਲ ਹਸਪਤਾਲ ਲੈ ਕੇ ਆਇਆ। ਤੁਸੀਂ ਡਾਕਟਰ ਸਾਹਿਬ ਨੇ ਉਹਨੂੰ ਮ੍ਰਿਤ ਘੋਸ਼ਿਤ ਕੀਤਾ ਜੀ, ਅਤੇ ਉਹਨਾਂ ਦੀ ਡੈੱਡ ਬੋਡੀ ਫਿਰ ਗਾਤੀ ਸੀ, ਅਤੇ ਸਾਡੇ ਕੋਲ ਕੱਲ੍ਹ ਪਰਸੋਂ ਆਏ ਸੀ ਸਰ। ਸਰ ਇਹਦੇ ਵਿੱਚ ਓਵਰਡੋਜ਼ ਦੀ ਇੱਕ ਗੱਲ ਸਾਹਮਣੇ ਆਈ। ਹਾਂ ਹਾਂਜੀ, ਉਹ ਓਵਰਡੋਜ਼ ਦੀ ਇੱਦਾਂ ਹੈ ਵੀ ਉਹਨਾਂ ਨੇ ਜਿਹੜੀ ਲੜਕੀ ਦਾ ਵੀਡੀਓ ਮੋਬਾਈਲ ਸੀ ਨਾ, ਮੋਬਾਈਲ ਦੇ ਵਿੱਚ ਉਹਨਾਂ ਨੇ ਕੋਈ ਵੀਡੀਓ ਸੀ ਕਲਿੱਪ ਕੀਤੀ ਉਹ ਲੜਕੀ ਨੇ, ਅਤੇ ਉਹ ਦੇਖੀ ਉਹਦੇ ਵਿੱਚ ਇਹ ਲੜਕਾ ਜਿਹੜਾ ਰਜਿੰਦਰ ਕੁਮਾਰ ਆ ਉਰਫ ਨਾਣੂ, ਮਮਤਾ ਦਾ ਇਹਦੀ ਸਹੇਲੀ ਦੇ ਘਰ ਵਾਲਾ ਹੈਗਾ, ਮਮਤਾ ਦੇ ਘਰ ਵਾਲਾ ਰਜਿੰਦਰ ਕੁਮਾਰ, ਉਹਦੇ ਟੀਕਾ ਲਾ ਰਿਹਾ ਸੀਗਾ। ਹਾਂਜੀ, ਉੱਥੋਂ ਪਤਾ ਲੱਗਾ ਵੀ ਕੋਈ ਓਵਰਡੋਜ਼ ਹੋਈ ਹੈ ਜਾਂ ਕੋਈ ਕੁੜੀ ਚਿੱਟਾ ਨਸ਼ਾ ਵਗੈਰਾ ਕਰਦੀ ਜਾਂ ਕਿੱਦਾਂ, ਉੱਥੋਂ ਪਤਾ ਲੱਗਿਆ। ਪਰ ਹੁਣ ਤੱਕ ਕੀ ਕਾਰਵਾਈ ਕੀਤੀ? ਹੁਣ ਜੀ ਲੜਕੀ 'ਤੇ ਤਾਂ ਪੋਸਟ ਮਾਰਟਮ ਕਰਕੇ ਕੱਲ੍ਹ ਵਾਰਸਾਂ ਦੇ ਹਵਾਲੇ ਡੈੱਡ ਬੋਡੀ ਦਿੱਤੀ ਆ, ਇਹਦੇ ਉੱਤੇ ਮੁਕੱਦਮਾ ਦਰਜ ਕਰਤਾ ਜੀ 105 BNS ਦਾ। ਇਹਦੀ ਪਰਸੋਂ ਸ਼ਾਮੀ ਰਾਤ ਨੂੰ ਇਹਦੀ ਅਰੈਸਟ ਪੈ ਗਈ ਸੀਗੀ, ਕੱਲ੍ਹ ਪੇਸ਼ ਕੀਤਾ ਸੀ ਜੱਜ ਸਾਹਿਬ ਦੇ, 1 ਦਿਨ ਦੇ ਪੁਲਿਸ ਰਿਮਾਂਡ 'ਤੇ ਸੀਗਾ, ਅੱਜ ਇਹਨੂੰ ਫਿਰ ਜੱਜ ਸਾਹਿਬ ਦੇ ਪੇਸ਼ ਕੀਤਾ ਜਾਵੇਗਾ। ਲੱਗਦਾ ਸਾਰੇ ਚਿੱਟੇ ਵੀ ਕਾਰੋਬਾਰ ਕਰਦੇ ਤਿੰਨ ਤੱਕ ਕੋਈ ਮਾਮਲਾ ਨਹੀਂ, ਇੱਦਾਂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।